ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਚਾਨਕ ਹੀ ਕੱਲ ਹੈਲੀਕਾਪਟਰ ਰਾਹੀਂ ਨਾਭਾ ਪਹੁੰਚੇ ਅਤੇ ਉਹਨਾਂ ਵੱਲੋਂ ਸਿੱਧੇ ਹੀ ਨਾਭਾ ਦੀ ਨਵੀਂ ਜੇਲ੍ਹ ਜਾ ਕੇ ਨਿਰੀਖਣ ਕੀਤਾ ਗਿਆ। ਇਸ ਮੌਕੇ ਤੇ ਭਗਵੰਤ ਮਾਨ ਨੇ ਕਿਹਾ ਕਿ ਜੇਲ੍ਹਾਂ ਦੇ ਸੁਧਾਰ ਲਈ ਅਤੇ ਜੇਲ੍ਹਾਂ ਵਿੱਚ ਕੀ ਕਮੀਆਂ ਨੇ ਉਸ ਦੇ ਸੰਬੰਧ ਵਿੱਚ ਅਸੀਂ ਜ਼ਿਲ੍ਹਾ ਜੇਲ੍ਹ ਵਿੱਚ ਆ ਕੇ ਅਚਨਚੇਤ ਚੈਕਿੰਗ ਕੀਤੀ ਹੈ। ਉਹਨਾਂ ਕਿਹਾ ਕਿ ਜੇਲ੍ਹਾਂ ਵਿੱਚ ਬਹੁਤ ਕਮੀਆਂ ਨੇ ਅਤੇ ਉਹਨਾਂ ਨੂੰ ਦੂਰ ਕਰਨ ਲਈ ਪੰਜਾਬ ਸਰਕਾਰ ਵਚਨਬੱਧ ਹੈ ਅਤੇ ਜਲਦੀ ਹੀ ਇਹਨਾਂ ਕਮੀਆਂ ਨੂੰ ਦੂਰ ਕੀਤਾ ਜਾਵੇਗਾ। ਅੱਜ ਨਾਭਾ ਜੇਲ੍ਹ ਦੇ ਵਿੱਚ ਨਿਰੀਖਣ ਕਰਨ ਲਈ ਅਸੀਂ ਪਹੁੰਚੇ ਹਾਂ। ਪਟਿਆਲੇ ਦਾ ਪ੍ਰਸ਼ਾਸਨ, ਡਿਪਟੀ ਕਮਿਸ਼ਨਰ ਔਰ ਚੀਨਾ ਸਾਹਿਬ ਜੋ ਆਈ ਜੀ ਨੇ, ਨਾਲ ਐਸ ਟੀ ਐਮ ਨਾਭਾ ਅਤੇ ਸਾਰਾ ਪ੍ਰਸ਼ਾਸਨ। ਜੇਲ੍ਹ ਦੇ ਵਿੱਚ ਕੋਈ ਕਮੀ, ਕੋਈ ਟੈਕਨੋਲੋਜੀ ਪੱਖੋਂ ਕੋਈ ਕਮੀ ਹੋਵੇ, ਅਸੀਂ ਉਹਦੇ ਬਾਰੇ ਜੇਲ੍ਹ ਸੁਪਰਡੈਂਟ ਨੂੰ ਪੁੱਛੇ। ਉਹਨਾਂ ਨੇ ਇੱਕ ਦੋ ਕਮੀਆਂ ਦੱਸੀਆਂ ਕਿ ਬਾਹਰੋਂ ਥਰੋਇੰਗ ਜਿਹੜੀ ਹੁੰਦੀ ਹੈ ਕੋਈ ਸਮਾਨ ਦੀ, ਉਹਦੇ ਲਈ ਅਸੀਂ ਹੋਰ ਜ਼ਿਆਦਾ ਸੀ ਸੀ ਟੀ ਵੀ ਚਾਹੀਦੇ ਆ ਤਾਂ ਕਿ ਅਸੀਂ ਕੰਟਰੋਲ ਕਰ ਸਕੀਏ, ਕਿਉਂਕਿ ਜੇਲ੍ਹ ਦੀ ਬਾਉਂਡਰੀ ਦੇ ਨਾਲ ਹੀ ਪਬਲਿਕ ਦੀ ਪ੍ਰੋਪਰਟੀ ਸ਼ੁਰੂ ਹੋ ਜਾਂਦੀ ਹੈ। ਕੋਈ ਖੇਤ ਆ ਜਾਂਦੇ ਤਾਂ ਸ਼ਰਾਰਤੀ ਅਨਸਰ ਜਿਹੜੇ ਉਹਦਾ ਫਾਇਦਾ ਉਠਾ ਜਾਂਦੇ ਨੇ। ਅਤੇ ਜੇਲ੍ਹ ਦੇ ਵਿੱਚ ਇੱਕ ਲੈਬ ਟੈਸਟ ਵਾਸਤੇ ਮੈਡੀਕਲੀ, ਅਤੇ ਇੱਕ ਲੈਬ ਅਸਿਸਟੈਂਟ ਜਿਹੜਾ ਉਹਦੀ ਵੀ ਉਹਨਾਂ ਨੇ ਮੰਗ ਕੀਤੀ ਹੈ। ਕੈਦੀਆਂ ਨੂੰ ਵੀ ਮਿਲਿਆ ਮੈਂ, ਥਾਪਰ ਕਾਲਜ ਨੇ ਕੁਝ ਕੰਪਿਊਟਰ ਡੋਨੇਟ ਕੀਤੇ ਨੇ ਅਤੇ ਬਹੁਤ ਸਾਰੇ ਕੈਦੀ ਜਿਹੜੇ ਨੇ ਉਹ ਕੰਪਿਊਟਰ 'ਤੇ, ਇੱਕ ਟੀਚਰ ਹੈ ਕੰਪਿਊਟਰ ਦਾ, ਉਹ ਉਹਨਾਂ ਨੂੰ ਜਿਹੜਾ ਉਹ ਕੰਪਿਊਟਰ ਦੀਆਂ ਕਲਾਸਾਂ ਲਾਉਂਦਾ ਤਾਂ ਕਿ ਦੇਖੋ ਸਦਾ ਤਾਂ ਉਹਨਾਂ ਨੇ ਰਹਿਣਾ ਨਹੀਂ ਇੱਥੇ, ਕੋਈ ਮਾੜਾ ਟਾਈਮ ਕਈ ਵਾਰੀ ਹੋ ਜਾਂਦਾ ਇੱਦਾਂ ਦਾ, ਪਰਮਾਤਮਾ ਅੱਗੇ ਅਰਦਾਸ ਕਰਦੇ ਆ ਜਲਦੀ ਉਹ ਆਪਣੇ ਪਰਿਵਾਰਾਂ 'ਚ ਜਾਣ, ਪਰ ਇਸ ਟਾਈਮ ਨੂੰ ਉਹ ਜ਼ਿੰਦਗੀ ਦਾ ਵੇਸਟ ਟਾਈਮ ਨਾ ਮੰਨਣ ਕਿ ਖਰਾਬ ਹੋ ਗਿਆ ਤਾਂ ਟਾਈਮ। ਇੱਥੋਂ ਕੁਛ ਗ੍ਰੈਜੂਏਸ਼ਨ ਦੇ ਵੀ ਕੁਛ 25 ਦੇ ਕਰੀਬ ਗ੍ਰੈਜੂਏਸ਼ਨ 'ਚ ਵੀ ਜਿਹੜੇ ਇੰਪਲਾਈ ਹੋਏ ਨੇ, ਇੱਕ ਬੱਚਾ ਹੈ ਕਿਉਂਕਿ ਇੱਥੇ ਲੇਡੀਜ਼ ਵੀ ਨੇ, ਇੱਕ ਬੱਚਾ ਹੈ ਉਹਦਾ ਬੱਚਾ ਜਿਹੜਾ ਉਹਨੂੰ ਬਾਹਰ ਪੜ੍ਹਾਉਣ ਲੈ ਕੇ ਜਾਇਆ ਜਾਂਦਾ ਪ੍ਰਾਈਵੇਟ ਸਕੂਲ 'ਚ, ਇੱਕ ਵੈਨ ਜਾਂਦੀ ਹੈ, ਵੈਨ ਹੀ ਉਹਨੂੰ ਲੈ ਕੇ ਆਉਂਦੀ ਹੈ। ਅਤੇ ਕੈਦੀਆਂ ਨੂੰ ਵੀ ਮਿਲਿਆ ਮੈਂ, ਉਹਨਾਂ ਨੇ ਵੀ ਕਈ ਕਹਿੰਦੇ ਸਾਡੀ ਜ਼ਮਾਨਤ ਜਿਹੜੀ ਹੈ ਉਹਦਾ ਬੌਂਡ ਰੁਕਿਆ ਪਿਆ, ਬਾਕੀ ਤਾਂ ਓਵਰਆਲ ਉਹਨਾਂ ਨੇ ਇਹੀ ਕਿਹਾ ਕਿ ਤੁਸੀਂ ਆ ਗਏ ਸਾਡੇ ਲਈ ਤਾਂ ਅੱਧਾ ਦੁੱਖ ਤਾਂ ਇਸੇ ਨਾਲ ਕੱਟਿਆ ਗਿਆ। ਸੋ ਅਸੀਂ ਕੋਈ ਇਹਨਾਂ ਦੇ ਦੁਸ਼ਮਣ ਨਹੀਂ ਹੈਗੇ, ਅਸੀਂ ਚਾਹੁੰਦੇ ਹਾਂ ਇਹ ਵਾਪਸ ਸਮਾਜ ਦੇ ਵਿੱਚ ਜਾਣ, ਬਲਕਿ ਜੇ ਇਹ ਜਾ ਕੇ ਬਾਹਰ ਦੱਸਣਗੇ ਕਿ ਜੇਲ੍ਹ ਜੇਲ੍ਹ ਹੀ ਹੁੰਦੀ ਹੈ, ਅੱਜ ਨਹੀਂ ਤਾਂ ਕੱਲ੍ਹ ਨੂੰ ਤੁਸੀਂ ਬਾਹਰ ਰਹਿ ਕੇ ਕਿਸੇ ਸ਼ੋਰਟ ਵੇ ਆਫ ਸਕਸੈਸ ਜਾਂ ਸ਼ੋਰਟ ਮਨੀ, ਈਜ਼ੀ ਮਨੀ ਦੇ ਚੱਕਰਾਂ 'ਚ ਕੋਈ ਗਲਤੀ ਕਰੋਗੇ, ਫੜੇ ਜਾਓਗੇ, ਪਰਿਵਾਰ ਦੇ ਵਿੱਚ ਇੱਕ ਰੋਟੀ ਘੱਟ ਖਾ ਲਓਗੇ, ਉਹ ਜ਼ਿਆਦਾ ਸਕੂਨ ਦਿੰਦੀ ਹੈ, ਜੇਲ੍ਹ ਜੇਲ੍ਹ ਹੀ ਹੁੰਦੀ ਹੈ। ਚਰਚਾ ਦੇ ਵਿੱਚ ਰਹੀ ਹੈ ਸੁਰੱਖਿਆ, ਅੱਜ ਅੱਜ ਕੱਲ੍ਹ ਕਿਹੋ ਜਿਹੀ ਹੈ ਸੁਰੱਖਿਆ ਪੱਖੋਂ? ਤਾਂ ਖੈਰ ਸਾਰੇ ਅਸੀਂ ਮੈਂ ਸੈਟਿਸਫਾਈਡ ਹਾਂ, ਹੋਰ ਵੀ ਜੇ ਇਹਨਾਂ ਨੂੰ ਚਾਹੀਦਾ ਟੈਕਨੋਲੋਜੀ ਤਾਂ ਅਸੀਂ ਇਹਨਾਂ ਨੂੰ ਜਿਹੜਾ ਉਹ ਦੇਵਾਂਗੇ। ਔਰ ਸਮੇਂ ਸਮੇਂ 'ਤੇ ਜੇਲ੍ਹ ਮੰਤਰੀ ਸਾਹਿਬ ਵੀ ਇੱਥੇ ਆਏ ਆ ਚੁੱਕੇ ਨੇ, ਸੀ ਜੀ ਐੱਮ ਵੀ ਜਿਹੜੇ ਨੇ ਉਹ ਵਿਜ਼ਿਟ ਕਰਦੇ ਰਹਿੰਦੇ ਨੇ। ਅਤੇ ਅਸੀਂ ਚਾਹੁੰਦੇ ਹਾਂ ਕਿ ਜੇਲ੍ਹਾਂ ਦੀ ਸੁਰੱਖਿਆ ਵੀ ਪੁਖਤਾ ਹੋਵੇ, ਪਰ ਉਹਨਾਂ ਦੇ ਜਿਹੜੇ ਅੰਦਰ ਜਿਹੜੇ ਸਜ਼ਾ ਕੱਟ ਰਹੇ ਨੇ ਉਹਨਾਂ ਨੂੰ ਉੱਥੇ ਕੋਈ ਅਣਮਨੁੱਖੀ ਵਿਹਾਰ ਉਹਨਾਂ ਨਾਲ। ਜੈਮਰਾਂ ਦੀ ਬਹੁਤ ਘੱਟ ਹੈ ਜੀ, ਜਦੋਂ ਕਿ ਹੁਣ 5G ਵੀ ਆ, 5G ਆ ਗਿਆ ਅਤੇ ਹੁਣ 4G ਚੱਲ ਰਿਹਾ, ਉਦੋਂ ਨੂੰ ਟੈਕਨੋਲੋਜੀ ਹੁਣ ਵੱਧ ਰਹੀ ਆ ਗਈ, ਜੈਮਰਾਂ ਦੀ ਬਹੁਤ ਘੱਟ ਆ। ਨਹੀਂ ਜੀ, ਉਹ ਘਾਟਾਂ ਪਹਿਲਾਂ ਹੀ ਸਰਕਾਰਾਂ ਨੇ ਰੱਖੀਆਂ ਹੋਈਆਂ ਨੇ, ਅਸੀਂ ਬਿਲਕੁਲ ਹਾਈਟੈਕ ਜੇਲ੍ਹਾਂ ਬਣਾ ਜਿਹੜਾ ਕਰਾਂਗੇ ਤਾਂ ਕਿ ਜੇਲ੍ਹਾਂ ਦੇ ਵਿੱਚੋਂ ਕੋਈ ਕ੍ਰਾਈਮ ਨਾ ਹੋਵੇ, ਅੰਦਰੋਂ ਕ੍ਰਾਈਮ ਨਾ ਹੋਵੇ ਕੋਈ, ਕਿ ਅੰਦਰੋਂ ਆਰਡਰ ਦਿੱਤੇ ਜਾ ਰਹੇ ਨੇ ਬਾਹਰ ਕੋਈ ਕ੍ਰਾਈਮ ਹੋ ਰਿਹਾ। ਤੋ ਜੈਮਰ ਵੀ ਲੱਗਣਗੇ ਔਰ ਸੀ ਸੀ ਟੀ ਵੀ ਕੈਮਰੇ ਵੀ ਲੇਟੈਸਟ ਟੈਕਨੋਲੋਜੀ ਦੇ, ਔਰ ਪੁਲਿਸ ਨੂੰ ਵੀ ਜਿਹੜਾ ਉਹ ਜ਼ਿਆਦਾ ਹੋਰ ਸਤਰਕ ਲੈਣ ਵੀ ਕਿਹਾ ਗਿਆ, ਔਰ ਜੇਲ੍ਹ ਵਾਸਤੇ ਜਿਹੜਾ ਸਟਾਫ ਹੈ ਉਹਦੇ ਵਿੱਚ ਵੀ ਵਾਧਾ ਕੀਤਾ ਜਾਊਗਾ, ਕਿਉਂਕਿ ਪੇਸ਼ੀਆਂ ਹੁੰਦੀਆਂ ਨੇ, ਕਈ ਵਾਰੀ ਜ਼ਿਆਦਾ ਪੇਸ਼ੀਆਂ ਆ ਜਾਂਦੀਆਂ ਨੇ, ਸਟਾਫ ਘੱਟ ਜਾਂਦਾ, ਬਾਹਰ ਲੈ ਕੇ ਜਾਣਾ ਪੈਂਦਾ, ਉਹਦੇ 'ਚ ਬਹੁਤ ਵਾਰੀ ਦਿੱਕਤਾਂ ਆ ਜਾਂਦੀਆਂ ਨੇ। ਸੋ ਸਟਾਫ ਇਹਨਾਂ ਕੋਲ ਇੰਨਾ ਹੋਵੇ ਕਿ ਉਹ ਇਹਨਾਂ ਕੋਲ ਸਟਾਫ ਕਰਕੇ ਕਿਸੇ ਦੀ ਪੇਸ਼ੀ ਨਾ ਲੇਟ ਹੋਵੇ ਜਾਂ ਕੋਈ ਹੋਰ। ਚੰਡੀਗੜ੍ਹ ਦੇ ਵਿੱਚੋਂ SSP ਹਟਾ ਦਿੱਤੇ ਗਏ ਨੇ, ਪੰਜਾਬ ਕੈਡਰ ਦੇ ਅਧਿਕਾਰੀ ਹਟਾਏ ਗਏ ਨੇ। ਅਸੀਂ ਇਤਰਾਜ਼ ਪ੍ਰਗਟ ਕਰ ਦਿੱਤਾ ਗਵਰਨਰ ਸਾਹਿਬ ਕੋਲ ਕਿ ਹਮੇਸ਼ਾ SSP ਜਿਹੜਾ ਪੰਜਾਬ ਕੈਡਰ ਦਾ ਰਿਹਾ, ਉਹਨਾਂ ਨੇ ਬਿਨਾਂ ਕਿਸੇ ਅਗਾਊਂ ਸੂਚਨਾ ਦੇ
रात नूं 10 बजे ऑर्डर करते। सो असी MHA को भी ये चिट्ठी लिखी है कि सानू तो घट्टो घट पहला साढ़े ना कंसर्न कर लेंगे, असी होर पैनल भेज देंगे, पोस्ट तो साड़ी रहनी चाहिए ना, हरियाणा गार्डन को किवें देते। सो असी इस मामले अज ही असी IPS अफसर का जिहड़ा SSP लगन वास्ते पैनल भेज रहे हैं। उम्मीद है कि बड़ी जल्दी SSP जिहड़ा पंजाब केडर का चंडीगढ़ केंद्र के सामने भी मुद्दा रखा कि जो BBMB के डायरेक्टर ने जो अधिकारी ने भी कहा जा रहा कि केंद्र ने पैनल थोड़े तो मंग लिया। हाँ जी, असी उन्होंने चिट्ठी लिखी सी पिछले दिन ही, पावर मिनिस्टर RK सिंह जी ने मुलाकात भी हुई सी, उन्होंने मैं विश्वास दवाया कि पंजाब का जो चीफ इंजीनियर है उन्होंने असी BBMB के मैंबर पावर के तौर पर रखा, क्योंकि पंजाब का मैंबर पावर है, हरियाणा का मैंबर इरीगेशन है। सो साडे जिहड़ी उत्थे अफसर की जिहड़ी असी कह सी नियुक्ति की, उन्होंने आश्वासन दिता कि क्योंकि प्राइम मिनिस्टर साहब के साइन होणगे, असी लिख के भेज दिता गया, तो साइन होकर जो आ गया तो यह मसला हल।